ਜ਼ਿਲ੍ਹੇ ਬਣਾਉਣ ਦੀ ਗੱਲ ਹੋਵੇ ਜਾਂ ਹੋਰ ਵੱਡੇ ਪ੍ਰੋਜੈਕਟਾਂ ਦੀ ਗੱਲ ਹੋਵੇ ਲਗਾਤਾਰ ਤੱਤਰ ਰਹਿੰਦੇ ਹਨ ਕਿ ਉਹਨਾਂ ਦਾ ਦ੍ਰਿੜ ਨਿਸ਼ਚਾ ਸੀ ਕਿ ਜੋ ਪ੍ਰੋਜੈਕਟ ਹੈ ਜਾਂ ਹਸਪਤਾਲ ਹੈ ਬਰਨਾਲੇ 'ਚ ਆਵੇ ਤਾਂ ਜੋ ਸਾਡੇ ਸਾਰੇ ਖਿੱਤੇ ਦਾ ਜਿਹੜਾ ਹੈ ਸਿਹਤ ਸੇਵਾ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ ਸਾਡੇ ਲੋਕਾਂ ਨੂੰ ਦੂਰ ਨਾ ਜਾਣਾ ਪਵੇ ਸੋ ਮੈਂ ਸਰਕਾਰ ਕੇਵਲ ਸਿੰਘ ਜੀ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਮੁੱਖ ਮਹਿਮਾਨ ਜੀ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਅਸੀਂ ਸਾਰੇ ਦੇਸ਼ 'ਚ ਜਯੰਤੀ ਜਿਹੜੀ ਆ ਉਹ ਮਨਾ ਰਹੇ ਹਾਂ ਸੋ ਅੱਜ ਬਰਨਾਲੇ 'ਚ ਵੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਸੋ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਜਿਨ੍ਹਾਂ ਦੀ ਦੇਸ਼ ਦੀ ਆਜ਼ਾਦੀ 'ਚ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਗ ਮਾਣ ਰਹੇ ਹਾਂ ਸੋ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਨਾਲ ਹੀ ਸਾਡੇ ਐਕਸ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਅੱਜ ਜਨਮ ਦਿਨ ਸੋ ਉਹਨਾਂ ਨੂੰ ਵੀ ਅਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਸੋ ਉਸ ਦੇ ਨਾਲ ਨਾਲ ਅੱਜ ਬਰਨਾਲੇ ਲਈ ਇਸ ਇਲਾਕੇ ਲਈ ਬੜਾ ਹੀ ਇਤਿਹਾਸਿਕ ਦਿਨ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਇੱਥੇ ਮਲਟੀ ਸਪੈਸ਼ਲਿਸਟੀ ਹੋਸਪਿਟਲ ਜਿਹੜਾ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੋ ਮੈਂ ਸਮਝਦਾ ਇਸ ਇਲਾਕੇ ਨੂੰ ਬੜਾ ਵੱਡਾ ਗਿਫਟ ਹੈ ਪੰਜਾਬ ਸਰਕਾਰ ਦਾ ਸਾਡੇ ਵੀਰ ਕੇਵਲ ਢਿੱਲੋਂ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਜੈਕਟ ਜਿਹੜਾ ਉਹ ਅੱਜ ਸਟਾਰਟ ਹੋਇਆ ਸਟਾਰਟ ਅੱਜ ਨੀਂਹ ਪੱਥਰ ਰੱਖਿਆ ਮੈਂ ਸਮਝਣਾ ਇਹਨਾਂ ਦੀ ਬੜੀ ਵੱਡੀ ਮਿਹਨਤ ਹੈ ਸੋ ਸਰਕਾਰ 100 ਕਰੋੜ ਰੁਪਇਆ ਇਹਦੇ 'ਤੇ ਲਾ ਰਹੀ ਹੈ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਜਿਹੜਾ ਉਹ ਇਸ ਹੋਸਪਿਟਲ 'ਚ ਹੋਏਗਾ ਹੁਣ ਲੋਕਾਂ ਨੂੰ PGI ਨਹੀਂ ਜਾਣਾ ਪਏਗਾ ਲੋਕਾਂ ਨੂੰ ਦਿੱਲੀ ਇਲਾਜ ਵਾਸਤੇ ਨਹੀਂ ਜਾਣਾ ਪਏਗਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਜਿਹੜੀਆਂ ਉਹ ਬਰਨਾਲੇ ਦੇ ਹੋਸਪਿਟਲ 'ਚ ਮਿਲਣਗੀਆਂ ਸੋ ਜਿਹਦੀ ਅੱਜ ਸ਼ੁਰੂਆਤ ਕੀਤੀ ਆ 300 ਬੈੱਡ ਦੇ ਹੋਸਪਿਟਲ ਮੈਂ ਸਮਝਦਾ ਕਿ ਜਿਹਦੇ 'ਚ 100 ਕਰੋੜ ਦੀ ਲਾਗਤ ਹੈ ਸੋ ਬੜਾ ਵੱਡਾ ਹੋਸਪਿਟਲ ਜਿਹੜਾ ਉਹ ਸਰਕਾਰ ਇੱਥੇ ਬਣਾਉਣ ਜਾ ਰਹੀ ਹੈ ਕੰਮ ਜਲਦੀ ਸ਼ੁਰੂ ਹੋ ਜਾਊਗਾ ਸੈਂਕਸ਼ਨ ਹੋ ਗਿਆ ਸੋ ਟੈਂਡਰ ਜਿਹੜੇ ਨੇ ਉਹ ਅਸੀਂ ਲਾਉਣ ਜਾ ਰਹੇ ਹਾਂ ਸੋ ਪ੍ਰੋਸੈਸ ਪੂਰਾ ਹੋ ਰਿਹਾ ਸੋ ਜਲਦੀ ਜਿਹੜਾ ਇਹ ਹੋਸਪਿਟਲ ਜਿਹੜਾ ਸ਼ੁਰੂ ਹੋ ਜਾਏਗਾ ਟਾਈਮ ਪੀਰੀਅਡ ਰੱਖਿਆ ਦੇ ਵਾਸਤੇ ਕਦੋਂ ਤੱਕ ਪੂਰਾ ਹੋਏਗਾ ਦੇਖੋ ਇਹ ਟੈਂਡਰ 'ਚ ਟਾਈਮ ਲਿਮਿਟ ਰੱਖੀ ਹੁੰਦੀ ਹੈ ਸੋ ਟੈਂਡਰ ਜਿਹੜੇ ਨੇ ਹੋਣ ਵਾਲੇ ਨੇ ਉਹਦੇ 'ਚ ਬੜਾ ਥੋੜ੍ਹਾ ਟਾਈਮ ਕਮ ਸੇ ਕਮ ਇੰਨਾ ਵੱਡਾ ਪ੍ਰੋਜੈਕਟ ਆ ਇਹ 2 ਸਾਲ ਤੇ ਇਹਨੂੰ ਲੱਗ ਜਾਂਦੇ ਨੇ ਸਾਰੇ ਟੈਂਡਰ ਨੂੰ ਸਾਰਾ ਕੁਝ ਪੂਰਿਆ ਹੁੰਦਿਆਂ 2 ਸਾਲ ਦੇ ਵਿੱਚ 1.5 ਸਾਲ ਦੇ ਵਿੱਚ ਇਹ ਤਿਆਰ ਹੋ ਜਾਏ ਇਹਦੇ ਵਾਸਤੇ ਸਰਕਾਰ ਨੇ ਕਿਉਂਕਿ ਇਹਦੇ ਵਾਸਤੇ ਮੈਨ ਪਾਵਰ ਚਾਹੀਦੀ ਡਾਕਟਰ ਚਾਹੀਦੇ ਨੇ ਸੈਂਕਸ਼ਨ ਹੋ ਗਈਆਂ ਨੇ ਸੋ ਜਿਹੜੀਆਂ ਰਹਿ ਗਈਆਂ ਨੇ
ਉਹ ਵੀ ਜਲਦੀ ਜਿਹੜੀ ਕੈਬਨਿਟ 'ਚ ਮਨਜ਼ੂਰੀ ਦਿੱਤੀ ਜਾ ਰਹੀ ਹੈ। ਸੋ ਇਹਦੇ ਵਾਸਤੇ ਜਿੰਨੀ ਵੀ ਮੈਨ ਪਾਵਰ ਚਾਹੀਦੀ ਹੈ, ਜਿੰਨੇ ਵੀ ਡਾਕਟਰ ਚਾਹੀਦੇ ਨੇ, ਉਹ ਸਾਰੇ ਅਸੀਂ ਜਲਦੀ ਪੂਰੇ ਕਰ ਲੈਣੇ ਨੇ। ਜਿੰਨਾ ਚਿਰ ਤੱਕ ਬਿਲਡਿੰਗ ਤਿਆਰ ਹੋਣੀ ਹੈ ਉਹਨਾਂ ਚਿਰ ਤੱਕ ਇਹ ਸਾਰਾ ਕੁਝ ਜਿਹੜਾ ਉਸ ਤੋਂ ਪਹਿਲਾਂ ਡਿਵਾਸ ਸਾਰਾ ਕੁਝ ਅਸੀਂ ਕਰ ਲੈਣਾ। ਸਰ ਕਿੰਨੇ ਮੰਜ਼ਿਲਾ ਲੱਗ ਰਿਹਾ ਇੱਕ ਇੱਕ ਕਰਕੇ ਲੱਗੇ? ਰਜਿੰਦਰਾ ਹਸਪੀਟਲ 'ਚ 2100 ਬੈੱਡ ਦਾ ਹਸਪੀਟਲ ਬਣਿਆ ਹੋਇਆ, ਪਰ ਉੱਥੇ ਨਾ ਨਿਊਰੋਲੋਜਿਸਟ ਹੈਗਾ ਨਾ ਕੋਈ ਕਾਰਡੀਓਲੋਜਿਸਟ ਹੈਗਾ, ਹੋਰ ਸਪੈਸ਼ਲ ਡਾਕਟਰ ਉਰੇ ਕਿਵੇਂ ਹੋਣਗੇ? ਜੋ ਦੇਖੋ ਅਸੀਂ ਭਰਤੀ ਕਰ ਰਹੇ ਹਾਂ, ਤੁਹਾਨੂੰ ਥੋੜ੍ਹੀ ਜਿਹੀ ਮੁਸ਼ਕਿਲ ਆਈ ਸੀ, ਡਾਕਟਰ ਤਾਂ ਹੈਗੇ ਨੇ, ਇਹ ਨਹੀਂ ਵੀ ਸਾਡੇ ਕੋਲ ਡਾਕਟਰ ਨਹੀਂ, ਥੋੜ੍ਹੇ ਘੱਟ ਨੇ, ਥੋੜ੍ਹੀ ਸ਼ੋਰਟੇਜ ਆ ਸਾਡੇ ਕੋਲ, ਉਹਨਾਂ ਵਾਸਤੇ ਪੋਸਟਾਂ ਸੈਂਕਸ਼ਨ ਕਰਤੀਆਂ ਨੇ। ਡਾਕਟਰ ਜਿਹੜੇ ਨੇ ਉਹਨਾਂ ਨੂੰ ਬਾਹਰੋਂ ਸੈਲਰੀ ਜਿਹੜੀ ਆ ਬਹੁਤ ਪ੍ਰਾਈਵੇਟ ਹਸਪਤਾਲਾਂ 'ਚ ਮਿਲਦੀ ਹੈ, ਸੁਪਰ ਸਪੈਸ਼ਲਿਸਟ ਜਿਹੜੇ ਸਾਡੇ ਡਾਕਟਰ ਨੇ। ਸਰ ਕਿੰਨੇ ਉਹਨਾਂ ਨੂੰ ਬਾਹਰੋਂ ਸੈਲਰੀ ਜਿਹੜੀ ਆ 4-4, 5-5 ਲੱਖ ਰੁਪਈਆ ਮਿਲਦੀ ਆ, ਸਾਡੇ ਥੋੜ੍ਹੀ ਸਰਕਾਰੀ ਦੂਜੀਆਂ ਸਟੇਟਾਂ ਲੈ ਲਓ, ਪੰਜਾਬ ਲੈ ਲਓ, ਉੱਥੇ ਜੋ ਸਰਕਾਰੀ ਸੈਲਰੀ ਆ ਉਹ ਥੋੜ੍ਹੀ ਘੱਟ ਆ, ਇਸ ਕਰਕੇ ਉਹ ਪ੍ਰਾਈਵੇਟ ਹਸਪਤਾਲਾਂ ਜਾਂਦੇ ਨੇ। ਹੁਣ ਸਾਡੇ ਕੋਲ ਮੇਰੇ ਕੋਲ ਹੱਥ ਆ, ਮੇਰੇ ਕੋਲ ਮੈਡੀਕਲ ਐਜੂਕੇਟਿਵ ਪਹਿਲੋਂ ਸੀ, ਅਸੀਂ ਸਾਰੇ ਪ੍ਰਪੋਜ਼ਲ ਬਣਾ ਕੇ ਇਹਨਾਂ ਦੀ ਸੈਲਰੀਆਂ ਵਧਾਉਣ ਵਾਸਤੇ ਅਸੀਂ ਕੈਬਨਿਟ 'ਚ ਕੇਸ ਲੈ ਕੇ ਜਾ ਰਹੇ ਹਾਂ। ਜਲਦੀ ਜਿਹੜੀਆਂ ਨੇ ਉਹ ਸੈਲਰੀਆਂ ਇਹਨਾਂ ਦੀਆਂ ਵਧਾਈਆਂ ਜਾਣਗੀਆਂ ਕੈਬਨਿਟ 'ਚ ਜਦੋਂ ਮਨਜ਼ੂਰੀ ਆ ਜਾਏਗੀ। ਸੋ ਫਿਰ ਸਾਡੇ ਕੋਲ ਜਿਹੜੇ ਨੇ ਸੁਪਰ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹ ਸਾਰੇ ਪੂਰੇ ਹੋ ਜਾਣਗੇ, ਅਸੀਂ ਕੋਈ ਕਮੀ ਨਹੀਂ ਰਹਿਣ ਦੇਣੀ। ਜੇ ਅਸੀਂ ਹੋਸਪਿਟਲ ਬਣਾਏ ਨੇ, ਅਸੀਂ ਚਲਾਏ ਨੇ, ਹੁਣ ਤੁਸੀਂ ਵੇਖੋ, ਤੁਸੀਂ ਪਟਿਆਲਾ ਰਜਿੰਦਰਾ ਹੋਸਪਿਟਲ ਵੇਖ ਲਓ, ਸਾਡਾ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਹੋਸਪਿਟਲ ਵੇਖ ਲਓ, ਫਰੀਦਕੋਟ ਵੇਖ ਲਓ, ਜਿੰਨੇ ਸਾਡੇ ਮੈਡੀਕਲ ਕਾਲਜ ਨੇ, ਕਿੰਨਾ ਅੱਗੇ ਨਾਲ ਫਰਕ ਹੈ। ਸੋ ਅਸੀਂ ਆਹ ਜਿਹੜੀ ਆ ਕਰੋਨਾ ਦੀ ਲੜਾਈ ਲੜੀ ਆ, ਫਸਟ ਵੇਵ, ਸੈਕਿੰਡ ਵੇਵ, ਤੁਸੀਂ ਵੇਖੋ ਵੀ ਕਿਸੇ ਤਰ੍ਹਾਂ ਦੀ ਸਰਕਾਰ